ਕਿਸਾਨਾਂ ਦੇ ਲਈ ਸੰਬੋਧਨ ਕਰ ਰਹੀ ਹੈ। ਵਾਹਿਗੁਰੂ ਕਾ ਖਾਲਸਾ ਜੀ, ਵਾਹਿਗੁਰੂ ਕੀ ਫਤਿਹ। ਠੀਕ ਆ, ਲਾਈਵ ਕਰ ਲਾਈਵ ਲਾਈਵ ਕਿੱਥੇ ਜਾਓ ਅੱਜ? ਸਰਜੀਤ ਸਿੰਘ ਜੀ, ਸਾਡੇ ਦਾਦਾ ਚਾਚਾ ਜੀ ਦਾ 140ਵਾਂ ਜਨਮਦਿਨ ਮਨਾਉਣ ਵਾਸਤੇ ਉਸ ਸ਼ਖਸੀਅਤ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਅੱਜ ਤੋਂ 116 ਸਾਲ ਪਹਿਲਾਂ ਤਿੰਨ ਕਾਲੇ ਕਾਨੂੰਨ ਉਦੋਂ ਅੰਗਰੇਜ਼ ਸਰਕਾਰ ਨੇ ਬਣਾਏ ਸੀਗੇ, ਜ਼ਮੀਨਾਂ ਖੋਹਣ ਵਾਸਤੇ, ਪਾਣੀ ਦੇ ਰੇਟ ਵਧਾਉਣ ਵਾਸਤੇ। ਉਸ ਵੇਲੇ ਸਰਕਾਰ ਜਿਹੜੀ ਸੀ ਉਹਦਾ ਮਕਸਦ ਸੀਗਾ ਕਿ ਕਿਸਾਨਾਂ ਨੂੰ ਬੇਰੁਜ਼ਗਾਰ ਕੀਤਾ ਜਾਵੇ, ਉਹਨਾਂ ਦੇ ਬੱਚਿਆਂ ਨੂੰ ਫੌਜ ਦੇ ਵਿੱਚ ਭਰਤੀ ਕੀਤਾ ਜਾਵੇ, ਪੁਲਿਸ ਭਰਤੀ ਕੀਤਾ ਜਾਵੇ ਤਾਂ ਕਿ ਆਪਣੀ ਸੇਵਾ ਕਰਾ ਸਕਣ। ਅੱਜ ਵੀ ਤਕਰੀਬਨ ਹਾਲਾਤ ਇੱਕੋ ਜਿਹੇ ਨੇ, 116 ਸਾਲ ਬਾਅਦ ਤਿੰਨ ਕਾਨੂੰਨ ਇੱਕ ਕੋਵਿਡ ਦੀ ਆੜ ਦੇ ਵਿੱਚ ਇਹ ਬਣਾਏ ਗਏ, ਆਰਡੀਨੈਂਸ ਲਿਆਂਦੇ ਗਏ, ਬਿੱਲ ਪਾਸ ਕਰਾਏ ਗਏ ਔਰ ਉਹ ਕਾਨੂੰਨਾਂ 'ਚ ਵੀ ਇਹੀ ਕੁਛ ਹੈ ਕਿ ਸਾਨੂੰ ਸਾਡੀਆਂ ਜ਼ਮੀਨਾਂ ਖੋਹੀਆਂ ਜਾਣ, ਕਾਰਪੋਰੇਟ ਘਰਾਣਿਆਂ ਨੂੰ ਦਿੱਤੇ ਜਾਣ, ਜਿਹੜੇ ਅੱਜ ਵੀ ਉਹਨਾਂ ਦੇ ਫਾਈਨੈਂਸਰ ਨੇ ਸਰਕਾਰਾਂ ਦੇ ਇਲੈਕਸ਼ਨਾਂ ਦੇ ਵਿੱਚ ਵੱਡੇ ਵੱਡੇ ਫੰਡ ਦਿੰਦੇ ਨੇ, ਉਹੀ ਸਭ ਕੁਝ ਜਿਹੜਾ ਉਹ ਰਿਪੀਟ ਹੋ ਰਿਹਾ ਸਾਰਾ ਕੁਝ। ਉਸ ਵੇਲੇ ਸਰਜੀਤ ਸਿੰਘ ਹਰਾਂ ਨੂੰ ਜਦੋਂ ਮਾਰਚ ਦੇ ਵਿੱਚ ਮੂਵਮੈਂਟ ਕੁਛ ਤੇਜ਼ ਹੋਈ 2007 ਦੇ ਵਿੱਚ, 1907 ਦੇ ਵਿੱਚ, ਅਤੇ ਲਾਲਾ ਲਾਜਪਤ ਰਾਏ ਦੇ ਨਾਲ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ, ਮਾਂਡਲੇ ਜੇਲ੍ਹ ਦੇ ਵਿੱਚ ਭੇਜਿਆ ਗਿਆ। ਉੱਥੇ ਉਹਨਾਂ ਨੇ ਭੁੱਖ ਹੜਤਾਲਾਂ ਕੀਤੀਆਂ, ਲੋਕਾਂ ਦੇ ਵਿੱਚ ਐਜੀਟੇਸ਼ਨ ਦਾ ਨਵਾਂ ਜੋਸ਼ ਪੈਦਾ ਹੋਇਆ। ਖਾਸ ਤੌਰ 'ਤੇ ਆਰਮੀ ਨੇ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੇ ਕਹਿਤਾ ਵੀ ਅਸੀਂ ਕਿਸਾਨਾਂ ਦੇ ਉੱਪਰ ਜਿਹੜੇ ਐਜੀਟੇਸ਼ਨ ਕਰ ਰਹੇ ਨੇ ਅਸੀਂ ਗੋਲੀ ਨਹੀਂ ਚਲਾਵਾਂਗੇ, ਅਸੀਂ ਕਿਸੇ ਤਰ੍ਹਾਂ ਦੀ ਤਜਸਸ ਨਹੀਂ ਕਰਾਂਗੇ। ਉਸ ਤੋਂ ਸਰਕਾਰ ਉਸ ਵੇਲੇ ਘਬਰਾ ਗਈ। ਅੱਜ ਵੀ ਸਾਡੇ ਖਾਸ ਤੌਰ 'ਤੇ ਪੰਜਾਬ ਹਰਿਆਣਾ ਦੇ ਲੋਕ ਜ਼ਿਆਦਾ ਤੋਂ ਜ਼ਿਆਦਾ ਮਿਲਟਰੀ ਦੇ ਵਿੱਚ, ਆਰਮ ਫੋਰਸ ਦੇ ਵਿੱਚ ਭਰਤੀ ਨੇ। ਇਹੋ ਜਿਹਾ ਮੌਕਾ ਨਾ ਆਵੇ ਕਿ ਉਹ ਪੁੱਤ ਜਿਹੜੇ ਨੇ ਉਹ ਬਗਾਵਤ ਕਰਨ ਜਾਂ ਸਰਕਾਰ ਦੇ ਹੁਕਮ ਦੀ ਨਾਫਰਮਾਈ ਕਰਨ। ਇਹੋ ਜਿਹਾ ਮੌਕਾ ਆਉਣਾ ਨਹੀਂ ਚਾਹੀਦਾ। ਅਸੀਂ ਸਾਰੇ ਸ਼ਾਂਤਮਈ ਢੰਗ ਦੇ ਨਾਲ ਇਹ ਪਿਛਲੇ 6 ਮਹੀਨੇ ਤੋਂ ਹੀ ਆਲਮੋਸਟ ਇਹ ਪ੍ਰੋਟੈਸਟ ਕਰ ਰਹੇ ਹਾਂ। ਕਿਤੇ ਵੀ ਕੋਈ ਨੁਕਸਾਨ ਪਬਲਿਕ ਪ੍ਰੋਪਰਟੀ ਦਾ ਨਹੀਂ ਕੀਤਾ। ਕੁਛ ਜਿਹੜੇ ਉਹਨਾਂ ਦੇ ਸਪੋਂਸਰਡ ਸੀਗੇ ਉਹਨਾਂ ਨੇ 26 ਤਰੀਕ ਨੂੰ ਕੁਛ ਗਲਤੀਆਂ ਕੀ, ਉਹਨਾਂ ਦੇ ਆਪਣੇ ਆਕਾ ਸੀ, ਉਹਨਾਂ ਦੇ ਕਹਿਣ 'ਤੇ ਉਹਨਾਂ ਨੇ ਸਾਰਾ ਕੁਛ ਇਸ ਮੁਹਿੰਮ ਦੇ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ। ਉਸ ਵਿਘਨ ਨੂੰ ਦੂਰ ਕਰਦੇ ਹੋਏ ਸਰਕਾਰ 'ਤੇ ਉੱਤੇ ਆਲਮੋਸਟ ਨਾਕਾਮ ਰਹੀ। ਫਿਰ ਵੀ ਅਸੀਂ ਸਾਰੇ ਜਥੇਬੰਦੀਆਂ ਦਾ ਬਹੁਤ ਧੰਨਵਾਦ ਕਰਦੇ ਹਾਂ। ਇਹਨਾਂ ਨੇ ਬਹੁਤ ਜੋਸ਼ ਨਾਲ ਸਾਰੇ ਮਜ਼ਦੂਰ ਏਕਤਾ ਇਕੱਠੇ ਹੋਣਗੇ, ਸਾਰੇ ਆਗੂਆਂ ਨੇ ਇਸ ਮੁਹਿੰਮ ਨੂੰ ਅੱਗੇ ਚਲਾ ਰਹੇ ਨੇ। ਮੈਂ ਸਾਰਿਆਂ ਨੂੰ ਇਸ ਗੱਲ ਦੀ ਵਧਾਈ ਦਿੰਦਾ ਕਿ ਦੁਬਾਰਾ ਇਸ ਅੰਦੋਲਨ ਦੇ ਵਿੱਚ ਜੋਸ਼ ਪਾਇਆ। ਸਰਕਾਰ ਛੇਤੀ ਚੁੱਕਣ ਵਾਲੀ ਨਹੀਂ ਹੁੰਦੀ, ਖਾਸ ਤੌਰ 'ਤੇ ਇਹੋ ਜਿਹੀ ਹਿਟਲਰਸ਼ਾਹੀ ਜਿਹੜੀ ਸਰਕਾਰ ਹੈ ਜਿਹੜੇ ਅਜਿਹੇ ਦਾ ਕੋਈ ਅਹਿਸਾਸ ਹੀ ਨਹੀਂ। 200 ਤੋਂ ਵੱਧ ਇੱਥੇ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਸ਼ਹੀਦ ਹੋ ਗਏ, ਆਪਣੀਆਂ ਜਾਨਾਂ ਗਵਾ ਬੈਠੇ ਨੇ। ਉਹਨਾਂ ਨੂੰ ਕੋਈ ਅਹਿਸਾਸ ਹੀ ਨਹੀਂ ਹੈ ਕਿ ਇਹ ਮਜ਼ਦੂਰ ਕਿਸਾਨ ਜਿਹੜੇ ਨੇ ਉਹ ਅਸਲ ਕਿਸਾਨ ਹੀ ਬੈਠੇ ਨੇ। ਕਦੀ ਉਹ ਕੁਛ ਕਹਿੰਦੇ ਨੇ, ਕਦੀ ਕਿਸੇ ਟੈਗ ਲਗਾਉਂਦੇ ਨੇ, ਇਹ ਸਾਰੀਆਂ ਚੀਜ਼ਾਂ ਉਹਨਾਂ ਦੇ ਇੱਕ ਪਖੰਡ ਨੇ। ਉਹਨਾਂ ਨੂੰ ਇਸ ਚੀਜ਼ ਦਾ ਸਮਝ ਲੈਣਾ ਚਾਹੀਦਾ ਕਿ ਕਿਸਾਨ ਮਜ਼ਦੂਰ ਆਪਣੀ ਹੱਕਾਂ ਵਾਸਤੇ ਬੈਠੇ ਨੇ ਔਰ ਆਪਣੇ ਹੱਕ ਇੱਥੋਂ ਲੈ ਕੇ ਜਾਣਗੇ। ਸਰਜੀਤ ਸਿੰਘ ਜੀ ਤਕਰੀਬਨ 38 ਸਾਲ ਦੇ ਕਰੀਬ ਜਲਾਵਤਨ ਰਹੇ, ਅਲੱਗ ਅਲੱਗ ਮੁਲਕਾਂ ਦੇ ਵਿੱਚ ਉਹਨਾਂ ਨੇ ਰਹਿ ਕੇ ਆਜ਼ਾਦੀ ਦੀ ਲੜਾਈ ਵਾਸਤੇ ਲੋਕਾਂ ਨੂੰ ਮੋਟੀਵੇਟ ਕਰਦੇ ਰਹੇ, ਜਰਮਨ ਰੇਡੀਓ ਤੋਂ ਬੋਲਦੇ ਰਹੇ, ਆਜ਼ਾਦ ਹਿੰਦ ਫੌਜ ਨੇਤਾ ਜੀ ਦੇ ਨਾਲ ਰਲ ਕੇ ਉਹਨਾਂ ਨੇ 1939 ਦੇ ਵਿੱਚ ਬਣਾਈ, ਜਦੋਂ ਇਟਲੀ ਦੇ ਵਿੱਚ ਸਾਡੇ ਹਿੰਦੁਸਤਾਨੀ
सैनिक जिहड़े सीगे वो अरैसट हो गए, उन्होंने उन्होंने ट्रेनिंग दिती और नेता जी नाल मिल के उन्होंने नाल सारे फौजी जिहड़े सीगे उन्हां दी फौज दे विच मिलाए गए। इस तरह ही वो काफ़ी देर सारिया सरकार जिहड़ियां यूरोप दे विच सीगियां, इटली दे विच, जर्मनी, फ्रांस, इवन इराक दे विच शुरू दे विच गए, ये सारिया नाल मिल के अलग अलग थां तों आजादी की मूवमेंट नूं चलांदे रहे। 1946 जदों वापस आए उस वेले दी इंटरिम गौरमेंट बन गई सी ते पंडित नेहरू ने उन्होंने एक रिक्वेस्ट भेजी, डाकूमेंट्स इतों बुलवा के भेजे और आन तो बाद भी उन्होंने इस आजादी की लड़ाई दे विच जदों वापस आए दिल्ली में जो ठहरे तो उन्होंने कहा भी जिहड़ी आजादी की लड़ाई की तुसीं एक समझौते करन जा रहे हो, ये समझौते ना करो और अज भी थोड़ी होर लड़ाई लड़ोगे तो कामयाब रहोगे। पर उसने दी जिहड़े मौजूदा लीडरशिप सी उन्हूं काल सी इस देश के प्राइम मिनिस्टर बनन दी, उन्होंने उस चीज़ा नूं मन्निया। उन्होंने एक गल पंजाबी च उन्होंने कही भी धोती बन के मूंगी की दाल खा के गल नहीं रुकनी, तुसीं इहदे वास्ते कुछ कुरबानी देने तैयार हो तो ये तदे रुक सकती है, पर नहीं हो सकिया। अजी अज भी अनडिकलेयर वार पाकिस्तान रोज़ चलती पई है, रोज़ साढ़े नौजवान शहीद हो रहे हैं जिन्हों का कितने गिनती च नहीं आना, और यहोजी गल सरकार नहीं समझ सकी। परंतु उन्होंने दूर दिशा सी, दूरदर्शी नाले चीज़ा उन्होंने उस वे भी सारिया कही। अखीर 15 अगस्त 1947 जदों आज़ादी का दिन उन्होंने एग्रीमेंट जो हो रहा सी रेडियो से अनाउंस होया सारा सुनिया, वो कहते बहुत अफसोस है कि असी अपनी सारी जिंदगी इस लड़ाई च लगाती, पर मैं हूँ अपना विदा लेना। उन्होंने अपने नाल उन्हां दी वाइफ सी और बच्चे सीगे जिहड़े उन्हां दे साढ़े पुआ जी की बेटी सी उस वेले उन्हां कोल सीगे, उन्होंने कहा कि मैं अलविदा लेना, मैं इस दुनिया तो जाना चाहना, मेरा मैसेज तुसीं नोट कर लो। जिन्हां लोगों ने मैनूं 38 साल सपोर्ट की है मैं उन्होंने कुछ मैसेज देना चाहना, उन्होंने धन्यवाद करना चाहना। सो 15 अगस्त को वो अपना शरीर छड़ के चले गए। आज़ादी तो बाद पहला तिरंगा झंडा उन्होंने शरीर से पाया गया और यहोजी जिंदगी उन्होंने अपनी बतीत की। जान लगे अपनी वाइफ से मंजे तो उठ के पैर हाथ लगा के कहते भी मैं सब तो मैं किसी दुख दिता है तेन दिता है भी मैं तुम कह के गया सी भी मैं परसों आ जाऊँगा, परसों निकल गए। वो एकदम पिछे हो गए तो कहते भी जिथे तुम हिंदुस्तान के इनिया मावा दे वास्ते लड़ाई लड़ रहे सी, इनिया भैनों वास्ते लड़ाई लड़ रहे सी, मैं भी उस देश की बछिंदा हाँ और मैं उम्मीद करती हाँ कि तुम मैं माफ नहीं मंगोगे, मैं इस चीज़ को कोई महसूस नहीं करती। उन्होंने वाइफ हरनाम कौर जी सारी उम्र उन्होंने कढ़ी, बच्चों पालिया, शहीद भगत सिंह जी पालन पोषण से उन्होंने बहुत बड़ा उन्होंने हाथ से, उन्होंने छोटे भाई सरदार सोहन सिंह भी 23 साल की उम्र के शहीदी प्राप्त कर गए सी, उन्होंने काले पानी की सजा हुई सी और कोलू के उपर उन्होंने लगाया गया सी। इस तरह परिवार अगे चली गया, सरदार शहीद आजम भगत सिंह का जन्म उस वे होया जब उनकी रिहाई हुई है, नवंबर च इन्हों की रिहाई होती है, अक्तूबर सितंबर के शहीद आजम का जन्म होता है। उदो ही उन्होंने माती उन्होंने दादी जी जय कौर जी ने नाँ रखा सी भागा वाला, भी उन्होंने पिता जी और चाचा जी वो जेल तो रिहाई के आर्डर हो गए थे, भगत सिंह उन्होंने नाँ पहले भागा वाले उन्होंने रखा जरा अगे जाके शहीद भगत सिंह के नाँ से मशहूर होया। अज मैं सरकार को अपने वालों एक तरह का अल्टीमेटम कह लो या एक सुनेहा देना चाहना कि आने वाले 23 मार्च तक कोई ना कोई इन कानूनों बारे हल कढ़न, अदरवाइज मैं खुद इस भुख हड़ताल से बैठागा, अमरन अनशन करांगा जब तक इन कानूनों वापस नहीं लेंगे। बहुत बहुत शुक्रिया, धन्यवाद, वाहिगुरू का खालसा, वाहिगुरू का फतेह। बहुत बहुत धन्यवाद अभय सिंह संधु जी का, उन्होंने नाल सारे परिवार का।